ਹਾਂਜੀ, ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ। ਤੇ ਦੋਸਤੋ, ਬਹੁਤ ਹੀ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਸੀ ਵੀਡੀਓ ਬਣਾਉਣ ਲਈ। ਤਾਂ ਮੈਂ ਕਾਫੀ ਟਾਈਮ ਤੋਂ, ਮੰਨ ਲਓ ਤੁਹਾਨੂੰ ਪਤਾ ਆ ਕਿ ਨੀਲੀ ਰਾਵੀ ਦੇ ਉੱਪਰ ਕੰਮ ਕਰਦਾ ਆ ਰਿਹਾ। ਨੀਲੀ ਰਾਵੀ ਪੰਜਾਬ ਦੀ ਬਰੀਡ ਹੋਣ ਕਰਕੇ ਤੇ ਇਸ ਨੂੰ ਬਚਾਉਣ ਖਾਤਰ ਨੀਲੀ ਰਾਵੀ ਦਾ, ਕਿਉਂਕਿ ਮੈਨੂੰ ਨੀਲੀ ਰਾਵੀ ਦਾ ਸ਼ੁਰੂ ਤੋਂ ਹੀ ਨੀਲੀ ਰਾਵੀ ਨਾਲ ਪਿਆਰ ਆ। ਤੇ ਹਰ ਇੱਕ ਇਲਾਕੇ ਦੇ ਵਿੱਚ, ਬਾਰਡਰ ਬੈਲਟ ਦੇ ਵਿੱਚ ਮੈਂ ਜਾਂਦਾ ਆਉਂਦਾ ਰਿਹਾ। ਸੋ ਇਸ ਕਰਕੇ ਹੁਣ ਥੋੜ੍ਹਾ ਜਿਹਾ ਦਰਸ਼ਕਾਂ ਨੇ ਇਹ ਚੀਜ਼ ਦੀ ਇੱਛਾ ਜਤਾਈ ਆ ਕਿ ਮੈਨੂੰ ਇਸ ਪਾਸੇ ਆਉਣਾ ਚਾਹੀਦਾ। ਚਲੋ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਮੇਰੇ ਦਰਸ਼ਕ ਮੇਰੇ ਨਾਲ ਜੁੜੇ ਆ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਪਿਆਰ ਦਿੰਦੇ ਆ ਮੈਨੂੰ ਤੇ ਮੇਰੀ ਹਰ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਆ, ਵੀਡੀਓ ਨੂੰ ਵਧੀਆ ਰਿਸਪੌਂਸ ਦਿੰਦੇ ਆ, ਵਧੀਆ ਪਸ਼ੂ ਹੁੰਦੇ ਆ ਆਪਣੇ ਚੈਨਲ ਉੱਪਰ। ਕਈ ਸੱਜਣ ਮਿੱਤਰ ਇਹ ਆ ਕਿ ਜਿਹੜੇ ਮੇਰੇ ਵੀਰ ਕਿਸਾਨ ਭਰਾ ਵਾ, ਇਹ ਚੈਨਲ ਖਾਸ ਕਰਕੇ ਮੈਂ ਉਹਨਾਂ ਵਾਸਤੇ ਬਣਾਇਆ ਸੀ, ਨੀਲੀ ਰਾਵੀ ਵਾਸਤੇ ਤੇ ਕਿਸਾਨ ਜਿਹੜੇ ਨੋਰਮਲ ਘਰਾਂ ਦੇ ਵਿੱਚ ਆ, ਕਿ ਉਹ ਜਿਨ੍ਹਾਂ ਨੂੰ ਉਹਨਾਂ ਦੇ ਪਸ਼ੂ ਦੀ ਪੂਰੀ ਕੀਮਤ ਨਹੀਂ ਮਿਲਦੀ ਤੇ ਉਹ ਨੈੱਟ ਉੱਪਰ ਕੀਮਤ ਪਾ ਕੇ ਆਪਦੇ ਪਸ਼ੂ ਨੂੰ ਵਧੀਆ ਸੇਲ ਕਰ ਸਕਦੇ ਆ। ਬਾਕੀ ਜਿਹੜੇ ਕੋਈ ਸੱਜਣ ਮਿੱਤਰ ਵਪਾਰੀ ਵਰਗ ਆ, ਵਪਾਰੀ ਵੀਰ ਆ, ਚਲੋ ਉਹ ਵੀ ਕਿਹੜਾ ਘਰੋਂ, ਘਰੇ ਤਾਂ ਉਹਨਾਂ ਦੇ ਇੰਨੀਆਂ ਜੰਮਦੀਆਂ ਨਹੀਂ, ਲੈ ਕੇ ਤਾਂ ਉਹ ਵੀ ਘਰਾਂ 'ਚੋਂ ਹੀ ਆਉਂਦੇ ਆ। ਜੇ ਕਿਸੇ ਵੀ ਸੱਜਣ ਵੀਰ ਨੇ ਆਪਣੇ ਤੋਂ, ਮੰਨ ਲਓ ਹੁਣ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਪਸ਼ੂਆਂ ਦੀ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਮਸ਼ੀਨਰੀ ਟੈਬ ਬਣਾਉਣੀ ਹੋਵੇ ਜਾਂ ਪੈਡ ਪ੍ਰਮੋਸ਼ਨ ਤੇ ਕਿਸੇ ਵੀਰ ਨੇ ਆਪਣੇ ਨਾਲ ਵੀਡੀਓ ਪਾਉਣੀ ਹੋਵੇ ਜਾਂ ਕਿਸੇ ਵੀ ਰਿਲੇਟਡ, ਜਾਂ ਕਹਿ ਲਓ ਵੀ ਕੋਈ ਜ਼ਮੀਨ ਵਿਕਾਊ, ਮੰਨ ਲਓ ਪ੍ਰੋਪਰਟੀ ਦੇ ਜ਼ਰੀਏ ਜਾਂ ਕਿਸੇ ਵੀ ਤਰ੍ਹਾਂ ਦੀ ਐਡ ਲਾਉਣੀ ਹੋਵੇ। ਮੇਨ ਆਪਣਾ ਚੈਨਲ ਜਿਹੜਾ ਐਨੀਮਲ ਦੀ ਸ਼ੁਰੂ ਤੋਂ ਹੀ ਵੀਡੀਓ ਕਰਦਾ ਆ ਰਿਹਾ ਵਾ, ਪਰ ਫਿਰ ਵੀ ਚਲੋ ਜਿਹੜੇ ਵੀ ਸੱਜਣ ਮੇਰੇ ਨਾਲ ਜੁੜੇ ਆ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਜੇ ਕਿਸੇ ਨੇ ਹੁਣ ਆਪਣੇ ਤੋਂ ਵੀਡੀਓ ਪਾਉਣੀ ਹੋਵੇ ਤੇ ਜਿਹੜੇ ਆਪਣੇ ਦਿੱਤੇ ਹੋਏ ਨੰਬਰ ਆ ਦੋਸਤੋ, ਉਹ ਸਕਰੀਨ ਉੱਪਰ ਵੀ ਚੱਲਣਗੇ ਤੇ ਡਿਸਕ੍ਰਿਪਸ਼ਨ 'ਚ ਵੀ ਚੱਲਣਗੇ। ਮੇਰੀ ਇੱਕੋ ਇੱਕ ਬੇਨਤੀ ਹੱਥ ਬੰਨ ਕੇ, ਵੀਡੀਓ ਪਾਉਣ ਵਾਲੇ ਦਾ ਕਸੂਰ ਨਹੀਂ ਹੁੰਦਾ, ਕਈ ਵਾਰ ਤੁਹਾਡੇ ਕੋਲ ਡੰਗਰ ਕੋਈ ਡਿਫਾਲਟਰ ਜਾਂ ਉਹੋ ਜਿਹਾ ਆ ਜਾਂਦਾ, ਕਈ ਵਾਰੀ ਮੱਝ ਪਿੱਛਾ ਮਾਰਦੀ ਆ ਜਾਂਦੀ ਹੈ ਜਾਂ ਥਣਾਂ 'ਚ ਕੋਈ ਨੁਕਸ ਹੁੰਦਾ ਜਾਂ ਕਈ ਵਾਰੀ ਕੋਈ ਪਸ਼ੂ 'ਚ ਵੈਸੇ ਕੋਈ ਕਿੱਲਤ ਹੁੰਦੀ ਆ। ਸੋ ਇਸ ਕਰਕੇ ਉਹ ਮੇਰਾ ਜ਼ਰੂਰ ਜਿਹੜੇ ਵੀਰ ਪਰਹੇਜ ਕਰਨ ਵੀ ਮਾੜੀ ਵੀਡੀਓ 'ਤੇ ਮੈਨੂੰ ਨਾ ਸੱਦਣ, ਚੰਗੇ ਪਸ਼ੂ ਦੀ ਹੋਵੇ, ਕੁਆਲਿਟੀ ਹੋਵੇ। ਦੋਸਤੋ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡੇ ਪਸ਼ੂ ਦੀ ਫੁੱਲ ਕੀਮਤ ਮਿਲੂਗੀ। ਮੈਂ ਤੁਹਾਡੇ ਘਰ ਤੁਹਾਡੇ ਪਸ਼ੂ ਨੂੰ ਫਲਮਾਉਣ ਆਊਂਗਾ, ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਜੇ ਤੁਹਾਡੇ ਕੋਲ ਕੁਆਲਿਟੀ ਆ ਨਾ ਤੁਹਾਡਾ ਪਸ਼ੂ ਵਿਕੂਗਾ ਹੀ ਵਗੂਗਾ। ਹੁਣ ਗੱਲ ਪਿਛਲੇ ਕੁਛ ਦਿਨਾਂ ਤੋਂ ਵਾਹਵਾ ਛਿੜੀ ਆ ਰਹੀ ਆ ਕਿ ਵੀਰ ਬਾਪੂ ਵੀਡੀਓ ਪਾਉਂਦਾ ਵਾ। ਸੋ ਬਾਪੂ, ਕਿਉਂਕਿ ਮੈਂ ਇੱਕ ਚੀਜ਼ 'ਤੇ ਸਥਿਰ ਨਹੀਂ ਰਹਿ ਸਕਦਾ, ਕੱਟੀਆਂ ਝੋਟੀਆਂ ਜਿਹੜੀਆਂ ਹੈਗੀਆਂ ਆ ਉਹ ਬਾਪੂ ਦੇ ਹਿੱਸੇ ਕਰਤੀਆਂ। ਬਾਪੂ ਨੂੰ ਪਤਾ ਆ, ਨਾਲ ਆਪਣੇ ਮੁੰਡਾ ਜਿਹੜਾ ਗੱਡੀ ਦਾ ਡਰਾਈਵਰ ਆ ਜਾਂ ਆਪਣੇ ਨਾਲ ਹੈਗਾ ਪਾਰਟਨਰ, ਉਹ ਵੀਰ ਨੌਲੇਜ ਰੱਖਦਾ, ਮੱਝ ਏਰੀਏ ਦਾ ਵੀਰ ਆ, ਉਹ ਬਾਪੂ ਦੇ ਨਾਲ ਉੱਥੋਂ ਉਹਨੂੰ ਦਵਾ ਦਿੰਦਾ, ਉਹ ਲੈ ਆਉਂਦੇ, ਆਪਾਂ ਉਹਨਾਂ ਦੀ ਵੀ ਵੀਡੀਓ ਕਰ ਦਿੰਦੇ ਹਾਂ। ਸੋ ਇਸ ਕਰਕੇ ਮੈਂ ਆਪਣੇ ਚੈਨਲ ਨੂੰ ਗਰੋਥ ਕਰਨੀ ਸ਼ੁਰੂ ਕੀਤੀ ਆ, ਚੈਨਲ ਨੇ ਵਧੀਆ 15,000 ਤੋਂ ਪਲੱਸ ਆਪਣਾ ਸਬਸਕ੍ਰਾਈਬਰ ਹੋ ਗਿਆ, ਫੇਸਬੁੱਕ ਉੱਪਰ ਵੀ ਬਹੁਤ ਵਧੀਆ ਰਿਸਪੌਂਸ ਮਿਲਦਾ। ਇਸ ਕਰਕੇ ਦੋਸਤੋ, ਮੈਂ ਨੀਲੀ ਰਾਵੀ ਕੱਟੀਆਂ ਦਾ ਥੋੜ੍ਹਾ ਜਿਹਾ ਕੰਮ ਆਪਦੇ ਵੱਲੋਂ ਤਾਂ ਘਟਾ ਗਈ, ਮੈਂ ਬੰਦ ਹੀ ਕਰਤਾ। ਇਸ ਕਰਕੇ ਬਾਪੂ ਨੂੰ ਮੈਂ ਫੋਕਸ ਕੀਤਾ ਸੀ ਕਿ ਬਾਪੂ ਇਹ ਕੰਮ ਜੇ ਮੈਂ ਛੱਡਦਾ ਤਾਂ ਮੈਨੂੰ ਇਸ ਕੰਮ ਨੇ ਤੋਰਿਆ, ਨੀਲੀ ਰਾਵੀ ਕੱਟੀਆਂ ਨੇ, ਕਿਤੇ ਇਹ ਨਾ ਹੋਵੇ ਕਿ ਜਿਹੜੇ ਮੇਰੇ ਨਾਲ ਚਾਹੁਣ ਵਾਲੇ ਆ ਕਿਤੇ ਉਹ ਵਿਚਾਰੇ ਗੁੱਸੇ ਨਾ ਹੋ ਜਾਣ ਜਾਂ ਮੈਨੂੰ ਇਸ ਚੀਜ਼ ਦਾ ਤਾਨਾ ਨਾ ਦੇਣ ਕਿ ਵੀਰ ਯਾਰ ਤੂੰ ਪਹਿਲਾਂ ਕੱਟੀਆਂ ਨੂੰ ਪ੍ਰਮੋਟ ਕਰਦਾ ਸੀ ਤਾਂ ਹੁਣ ਕੀ ਹੋ ਗਿਆ। ਇਸ ਕਰਕੇ ਇੱਕ ਡੰਗਰ ਦੇ ਹੋਰ ਵੀ ਆ ਦੋਸਤੋ, ਚੰਗੀ ਕੁਆਲਿਟੀ ਦਾ ਡੰਗਰ ਬਹੁਤ ਘੱਟ ਮਿਲਦਾ,
ਸਾਰੀ ਦਿਹਾੜੀ ਕਈ ਵਾਰੀ ਤਿੰਨ ਤਿੰਨ ਦਿਨ ਤੁਰਦੇ ਫਿਰਦੇ ਰਹਿੰਦੇ, ਹੁਣ ਬਜ਼ੁਰਗ ਜਾਂਦਾ ਬਾਪੂ ਜਾਂਦੇ ਆ, ਘੁੰਮ ਫਿਰ ਕੇ ਘਰ ਆ ਜਾਂਦੇ, ਡੰਗਰ ਨਹੀਂ ਕਈ ਵਾਰੀ ਮਿਲਦਾ। ਇਸ ਕਰਕੇ ਮੈਂ ਇਹ ਸੋਚ ਰੱਖੀ ਆ ਕਿ ਜਿਹੜੇ ਮੇਰੇ ਵੀਰ ਜਾਂ ਕਿਸਾਨ ਭਰਾ ਵਾ ਜਿਹੜੇ ਆਪਣੇ ਡੈਰੀ ਫਾਰਮ ਨਾਲ ਜੁੜਿਆ, ਜਿਹਨੇ ਕੋਈ ਪਸ਼ੂ ਸੇਲ ਕਰਨਾ, ਉਹ ਆਪਣੇ ਨਾਲ ਸੰਪਰਕ ਕਰ ਲਿਓ। ਜੇ ਵਪਾਰੀ ਵਰਗ ਦੇ ਵੀਰ ਆ ਜਿਹੜੇ ਵਪਾਰੀ ਵੀ, ਦੋਸਤ ਤੋਂ ਵੀਡੀਓ ਤੁਹਾਡੀਆਂ ਵੀ ਬਣਾਊਂਗਾ ਮੈਂ, ਜਿਹੜਾ ਵੀ ਆਪਾਂ ਨੂੰ ਸੇਵਾ ਦਾ ਮੌਕਾ ਦਿੰਦਾ ਆਪਾਂ ਜ਼ਰੂਰ ਬਣਾਵਾਂਗੇ। ਪਰ ਮੈਂ ਇੱਕ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਦੋਸਤੋ, ਇਹ ਚੈਨਲ ਮੈਂ ਬਹੁਤ ਲੰਮੇ ਸਮੇਂ ਤੱਕ ਚਲਾਉਣਾ ਚਾਹੁੰਦਾ। ਲੰਮੇ ਸਮੇਂ ਤੱਕ ਦੋਸਤੋ ਕੰਮ ਤਾਂ ਹੀ ਚੱਲੂਗਾ ਜੇ ਚੈਨਲ ਉੱਪਰ ਇਮਾਨਦਾਰੀ ਹੋਊਗੀ। ਇਸ ਕਰਕੇ ਜਿਹੜੇ ਵੀ ਡੰਗਰ 'ਚ ਕੋਈ ਨੁਕਸ ਹੋਊਗਾ ਤਾਂ ਮੈਂ ਵਾਅਦਾ ਕਰਦਾ ਵਾਂ, ਆਪਣੀ ਜਿਹੜੀ ਮੇਰੀ ਪਬਲਿਕ ਮੇਰੀ ਵੀਡੀਓ ਦੇਖਦੀ ਹੈ ਸ਼ੇਅਰ ਕਰੂਗੀ, ਕਿ ਮੈਂ ਡੰਗਰ ਗਲਤ ਨਹੀਂ ਫਰਮਾਊਂਗਾ। ਜੇ ਗਲਤ ਡੰਗਰ ਹੋਊਗਾ ਤਾਂ ਮੈਂ ਦੋਸਤੋ ਨੂੰ ਵੀਡੀਓ ਦੇ ਵਿੱਚ ਬੋਲੂੰਗਾ। ਬਾਕੀ ਜਿੰਨੀ ਜੋਗਾ ਹੋਇਆ ਮੈਂ ਡੰਗਰ ਦੀ ਕੁਆਲਿਟੀ ਜੋ ਵੀ ਦੱਸੂੰਗਾ ਕੈਮਰੇ ਦੇ ਵਿੱਚ, ਬਾਕੀ ਦੁੱਧ ਜਿਹੜਾ ਵਾ ਦੋਸਤੋ ਉਹ ਤੁਸੀਂ ਚੋ ਕੇ ਵੇਖਣਾ, ਉਹ ਮੇਰੀ ਅਤੇ ਮੇਰੇ ਚੈਨਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ, ਕਿਉਂਕਿ ਚੈਨਲ ਦੀ ਜ਼ਿੰਮੇਵਾਰੀ ਸਿਰਫ ਪਸ਼ੂ ਨੂੰ ਚਾਰ ਚੁਫੇਰਿਓਂ ਦਿਖਾਉਣਾ ਵਾ, ਬਾਕੀ ਜ਼ਿੰਮੇਵਾਰੀ ਤੁਹਾਡੀ ਆ, ਤੁਸੀਂ ਪੈਸਾ ਲਾਉਣਾ ਵਾ। ਸਿਆਣੇ ਕਹਿੰਦੇ ਆ ਲਵੇਰੀ ਚੋ ਕੇ ਅਤੇ ਹਾਲੀ ਵਾਹ ਕੇ ਲੈਣਾ ਚਾਹੀਦਾ, ਅਤੇ ਮੈਂ ਇਸ ਕਰਕੇ ਇਹ ਗੱਲ ਜ਼ਰੂਰ ਵਪਾਰੀ ਭਰਾਵਾਂ ਨੂੰ ਕਹਿੰਦਾ ਕਿ ਜੋ ਵੀ ਸੱਜਣ ਵੀਰ ਆਪਣੇ ਤੋਂ ਵੀਡੀਓ ਪਾਉਣੀ ਚਾਹੁੰਦਾ ਜਾਂ ਕਿਸਾਨ ਭਰਾ ਕੋਈ ਵੀ ਵੀਡੀਓ ਕਰਾਉਣੀ ਚਾਹੁੰਦਾ, ਸੇਵਾ ਦਾ ਕੋਈ ਮੌਕਾ ਦਿੰਦਾ, ਤਾਂ ਦੋਸਤੋ ਆਪਾਂ ਜ਼ਰੂਰ ਵੀਡੀਓ ਪਾਵਾਂਗੇ। ਬਾਕੀ ਮੈਂ ਇਹ ਵਾਅਦਾ ਕਰਦਾ ਆਪਣੇ ਚੈਨਲ 'ਤੇ ਇਮਾਨਦਾਰੀ ਨਾਲ ਕੰਮ ਕਰੂੰਗਾ ਤੁਹਾਡੇ ਨਾਲ, ਇਮਾਨਦਾਰੀ ਦੇ ਨਾਲ ਹੀ ਜੋ ਵੀ ਡੰਗਰ ਹੋਊਗਾ ਉਨੀ ਗੱਲ ਕਰਾਂਗੇ ਜਿੰਨੀ ਡੰਗਰ ਦੇ ਵਿੱਚ ਹੋਊਗੀ, ਫਾਲਤੂ ਨਹੀਂ। ਜੇ ਕੋਈ ਡੰਗਰ 'ਚ ਕਮੀ ਪੇਸ਼ੀ ਹੋਊਗੀ ਤਾਂ ਦੋਸਤੋ ਜਾਂ ਤਾਂ ਮੈਨੂੰ ਸੱਦਿਓ ਨਾ, ਜੇ ਮੈਨੂੰ ਸੱਦਿਆ ਤਾਂ ਮੈਂ ਉਹ ਵੀਡੀਓ 'ਚ ਉਹ ਬੋਲਿਆ ਕਰੂੰਗਾ ਕਿ ਆਹ ਪ੍ਰੋਬਲਮ ਆ, ਕਿਉਂਕਿ ਰੱਬ ਵਰਗੇ ਸਰੋਤੇ ਆ ਜਿਹੜੇ ਮੇਰੇ ਨਾਲ ਜੁੜੇ ਆ, ਘੱਟੋ ਘੱਟ 3 ਸਾਲ ਹੋ ਗਏ ਆ, ਅਤੇ ਮੈਂ ਇਹਨਾਂ ਦਾ ਦਿਲ ਨਹੀਂ ਦਿਖਾ ਸਕਦਾ, ਕੰਮ ਚਾਹੇ ਹੋਵੇ ਚਾਹੇ ਨਾ ਹੋਵੇ। ਇਸੇ ਕਰਕੇ ਮੈਂ ਕੱਟੀਆਂ ਦਾ ਕੰਮ ਪਹਿਲੇ ਤੋਂ ਸ਼ੁਰੂ ਕੀਤਾ ਕਿ ਆਪਣਾ ਮੈਂ ਕੱਟੀਆਂ ਵੇਚੂੰਗਾ, ਚਲੋ ਨਹੀਂ ਵੀਡੀਓ ਆਉਂਦੀਆਂ ਕੋਈ ਮੇਰੇ ਤੋਂ ਝੂਠ ਨਹੀਂ ਵੱਜਣਾ। ਜੇ ਕੋਈ ਕਹਿ ਦੇਵੇ ਕਿ ਰਾਤ ਦੇ 12 ਵਜੇ ਮੱਝ ਉੱਠ ਕੇ ਚੋਈ ਆ ਅਤੇ ਸ਼ਾਮਾਂ ਨੂੰ ਆਪਾਂ ਅੱਗੇ 8 ਕਿਲੋ ਦੁੱਧ ਕੰਡੇ 'ਤੇ ਮਿਲਾ ਦਈਏ ਅਤੇ ਦੂਜੇ ਦਿਨ ਉਹਨੇ 8 ਕਿਲੋ ਦੇਣਾ ਨਹੀਂ, ਅਤੇ ਮੈਂ ਕਿਸੇ ਨਾਲ ਠੱਗੀ ਨਹੀਂ ਮਾਰ ਸਕਦਾ, ਇਹੋ ਜਿਹੀ ਸੋਚ ਰੱਖ ਕੇ ਨਹੀਂ ਚੱਲੇ ਨਾ ਹੀ ਚੱਲਣਾ ਵਾ। ਸੋ ਇਸ ਕਰਕੇ ਜਿੰਨੇ ਡੰਗਰ ਦੀ ਤੁਹਾਡੇ ਦੀ ਕੁਆਲਿਟੀ ਹੋਊਗੀ, ਜਿਹੜਾ ਡੰਗਰ, ਮੈਂ ਗੱਲ ਹੋਰ ਵੀ ਤੁਹਾਡੇ ਨਾਲ ਵਾਅਦਾ ਕਰਦਾ, ਜੇ ਦੋਸਤੋ ਤੁਹਾਡੇ ਕੋਲੇ ਡੰਗਰ ਦੀ ਕੁਆਲਿਟੀ ਆ ਨਾ ਪੂਰਾ ਟੌਪ ਕਲਾਸ ਆ, ਬਰੀਡ ਆ, ਬਿਊਟੀ ਆ, ਤਾਂ ਤੁਹਾਡਾ ਡੰਗਰ ਫੁੱਲ ਕੀਮਤ 'ਚ ਮੈਂ ਵਿਕਾਊਂਗਾ, ਕਿਉਂਕਿ ਆਪਣੇ ਨਾਲ ਇਹੋ ਜਿਹੇ ਚਾਹੁਣ ਵਾਲੇ ਸੱਜਣ ਮਿੱਤਰ ਪਿਆਰੇ ਜੁੜੇ ਆ ਕਿ ਜਿਹੜੇ ਆਪਣੇ ਤੇ ਵਿਸ਼ਵਾਸ ਕਰਦੇ ਆ, ਤੇ ਆਪਣੇ ਤੇ ਹੀ ਉਹ ਵਿਸ਼ਵਾਸ ਤੇ ਡੰਗਰ ਲੈ ਜਾਣਗੇ। ਇਸ ਕਰਕੇ ਚੰਗੀ ਕੁਆਲਿਟੀ ਦਾ ਡੰਗਰ ਹੋਊ, ਉਹਦੀ ਕੀਮਤ ਫੁੱਲ ਮਿਲੂਗੀ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਬਹੁਤ ਚਾਹੁਣ ਵਾਲੇ ਆ, ਆਪਾਂ ਬਾਪੂ ਦੀ ਵੀਡੀਓ ਪਾਈ ਸੀਗੀ, ਬਹੁਤ ਚੰਗੇ ਉਧਰੋਂ ਡੰਗਰ ਲੈ ਕੇ ਆਏ ਸੀ, ਟੇਢੇ ਕੱਟ ਵਾਲੀ ਕੱਟੀ ਦਾ ਬਾਪੂ ਨੇ 50 ਮੰਗਿਆ ਸੀ ਤੇ 50 ਹੀ ਮਿਲ ਗਿਆ, 500 ਰੁਪਇਆ ਸਿਰਫ ਛੋੜ ਕੀਤੀ ਆ। ਸੋ ਵੀਰ ਲੈ ਕੇ ਗਏ ਆਪਣਾ, ਬਹੁਤ ਹੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਵੀਰ ਨੇ ਵਿਸ਼ਵਾਸ ਕੀਤਾ ਆਪਣੇ ਫਾਰਮ 'ਤੇ ਆਏ। ਬਲਦਾਂ ਦਾ ਸ਼ੌਂਕੀ ਸੀ ਵੀਰ, 17 ਸਾਲ ਬਾਅਦ ਉਹਨੇ ਆਪਦੇ ਘਰੇ ਝੋਟੀ ਰੱਖੀ, ਅਤੇ ਬਾਈ ਕਹਿੰਦਾ ਸਵਾਦ ਆ ਗਿਆ, ਬਾਈ ਦਿਓਲ ਫਾਰਮ 'ਤੇ ਗਈ ਆ ਬਾਈ ਦੇ। ਸੋ ਇਸ ਕਰਕੇ ਦੋਸਤੋ ਮੈਂ ਇਹ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਰਿਕੁਐਸਟ ਕਰਦਾ ਕਿ ਜਦੋਂ ਵੀ ਸੱਦ ਲਓ ਜੀ ਆਇਆਂ ਨੂੰ, ਮੋਸਟ ਵੈਲਕਮ, ਮੈਂ ਤੁਹਾਡੇ ਕੋਲ ਵੀ ਆਊਂਗਾ। ਜੇ ਤੁਸੀਂ ਡੰਗਰ ਕੋਈ ਮੰਨ ਲਓ ਮੇਰੇ ਥਰੂ ਲੈਣਾ ਹੈਗਾ, ਮੈਂ ਵੀਡੀਓ ਜ਼ਰੂਰ ਪਾਊਂਗਾ, ਚੰਗੇ ਡੰਗਰ ਦੀ ਵੀਡੀਓ ਪਾਊਂਗਾ। ਜੇ ਕੋਈ ਕਮੀ ਪੇਸ਼ੀ ਹੋਈ ਤਾਂ ਦੋਸਤੋ ਉਹ ਪਲੀਜ਼ ਨਾ ਸੱਦਿਓ, ਬਾਕੀ ਬਿਲਕੁਲ ਜਾਇਜ਼ ਜਿਹੇ ਰੇਟ ਰੱਖੇ ਜਾਣਗੇ ਜੋ ਚੱਲਣ ਰਹੇ ਆ, ਕੋਈ ਇਹ ਨਹੀਂ। ਬਾਕੀ ਸਮੇਂ ਦੇ ਨਾਲ ਨਾਲ ਜਿਵੇਂ ਸਮੇਂ ਦੀ ਲਿਆਕਤ ਦੇ ਨਾਲ ਚੱਲੀ ਜਾਵਾਂਗੇ, ਉਸ ਹਿਸਾਬ ਨਾਲ ਹੀ ਦੋਸਤੋ ਵੀਡੀਓ ਪਾਉਂਦੇ ਜਾਵਾਂਗੇ। ਸੋ ਅੱਜ ਇਹੀ ਗੱਲਾਂ ਬਾਤਾਂ ਸੀਗੀਆਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।